ये फैसला किया गया है कि कर्मचारियों दियां किसी भी कैटागरी दियां बदलियां ते तैनातियां आम तौर पर साल विच केवल एको बार पहली अप्रैल तो 31 मई तक कीतियां जानियां चाहिदियां हन। डंडिंग जेकर इस समय तो बाद कोई बदली कीती जानी है तो समर्थ अधिकारी नूं अगले उच्च अधिकारी की पूर्व प्रवानगी लए बगैर आदेश जारी नहीं करने चाहिए। डंडिंग संबंधित अधिकारियों को चाहिए है कि वो पूरी तरह विचार करन मगरों निश्चित समय दौरान लोड़ींदे आदेशों को तत्परता सहित जारी करन को यकीनी बनाने वास्ते सारे साल दे तोड़ तक प्रबंध करदियां तैनातियां अते बदलियां दी योजना नो अप्रैल दे मध्य तक तरतीब दे लैण। डंडिंग ये भी फैसला किया गया है कि सधारण रूप विच किसे अधिकारी जां कर्मचारी नूं एक सीट जां थां ते घट्टो घट्ट 2 सालां दे समें तक तैनात रहना चाहिदा है अते जेकर इस समय तो पहला उस दी बदली कीती जांदी है तां बदली दे कारण दर्ज करने चाहिदे हन। डंडिंग उस ਨੂੰ ਉਸੇ ਸਟੇਸ਼ਨ ਤੇ ਜਿੱਥੇ ਕਿ ਉਹ ਇੱਕੋ ਅਸਾਮੀ ਤੇ ਪਹਿਲਾਂ 5 ਸਾਲਾਂ ਨਾਲੋਂ ਵੱਧ ਸਮੇਂ ਲਈ ਰਹਿ ਚੁੱਕਿਆ ਹੋਵੇ ਵੀ ਤਨਾਤ ਨਹੀਂ ਕੀਤਾ ਜਾਣਾ ਚਾਹੀਦਾ। ਡੰਡਿੰਗ ਕਾਰਜਕਾਰੀ ਇੰਜੀਨੀਅਰ ਦੇ ਰੁਤਬੇ ਤੱਕ ਦੇ ਅਧਿਕਾਰੀ ਨੂੰ ਵੰਡ ਚਾਰਜਾਂ ਜਿਸ ਵਿੱਚ ਉਸਾਰੀ ਮੰਡਲ ਵੀ ਸ਼ਾਮਲ ਹੈ ਲਗਾਤਾਰ 8 ਸਾਲਾਂ ਨਾਲੋਂ ਵੱਧ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਡੰਡਿੰਗ ਉਕਤ ਚਾਰਜਾਂ ਤੇ ਮੁੜ ਨਿਯੁਕਤ ਕਰਨ ਤੋਂ ਪਹਿਲਾਂ ਉਸ ਨੂੰ ਗੈਰ ਸੰਚਾਲਨ ਚਾਰਜਾਂ ਵਿੱਚ ਲਾਇਆ ਜਾਵੇਗਾ ਜਿੱਥੇ ਮੁਕੰਮਲਤਾ ਦਾ ਸਮਾਂ 4 ਸਾਲਾਂ ਨਾਲੋਂ ਘੱਟ ਨਹੀਂ ਹੋਵੇਗਾ। ਡੰਡਿੰਗ ਇਸੇ ਤਰ੍ਹਾਂ ਦੀਆਂ ਹਦਾਇਤਾਂ ਸਿਵਲ ਕਾਰਜ ਉਸਾਰੀ ਵਿੱਚ ਤੈਨਾਤ ਅਧਿਕਾਰੀਆਂ ਤੇ ਵੀ ਲਾਗੂ ਹੋਣਗੀਆਂ। ਡੰਡਿੰਗ ਉਸ ਕੇਸ ਵਿੱਚ ਜਿੱਥੇ ਕੋਈ ਕਰਮਚਾਰੀ ਬਦਲੀ ਲਈ ਬਾਹਰੀ ਦਬਾਓ ਅਤੇ ਸਿਫਾਰਸ਼ ਕਰਵਾਉਂਦਾ ਹੈ ਇਸ ਆਸ਼ੇ ਦਾ ਸੰਬੰਧਿਤ ਵਿਅਕਤੀ ਦੀ ਗੁਪਤ ਰਿਪੋਰਟ ਵਿੱਚ ਇੰਦਰਾਜ ਕੀਤਾ ਜਾਣਾ ਚਾਹੀਦਾ ਹੈ। ਡੰਡਿੰਗ ਕਰਮਚਾਰੀਆਂ ਦੀਆਂ ਬਦਲੀਆਂ ਕੁਝ ਬਾਹਰਲੇ ਅਣਚਾਹਤ ਤੱਤਾਂ ਦੇ ਦਬਾਅ ਅਧੀਨ ਆ ਕੇ ਕਰਨ ਦਾ ਮਾਮਲਾ ਵੀ ਬੋਰਡ ਦੇ ਧਿਆਨ ਵਿੱਚ ਆਇਆ ਹੈ। ਡੰਡਿੰਗ ਬੋਰਡ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਅਜਿਹੇ ਕਿਸੇ ਵੀ ਕੇਸ ਦੇ ਦਬਾਅ ਅਧੀਨ ਆ ਕੇ ਅਜਿਹੀ ਕੋਈ ਬਦਲੀ ਜਾਂ ਤੈਨਾਤੀ ਨਾ ਕੀਤੀ ਜਾਵੇ। ਡੰਡਿੰਗ ਜੇਕਰ ਅਜਿਹੇ ਕਿਸੇ ਦਬਾਅ ਦਾ ਅਨੁਭਵ ਕੀਤਾ ਜਾਵੇ ਤਾਂ ਮਾਮਲਾ ਬੋਰਡ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਲੋੜੀਂਦੀ ਅਗਵਾਈ ਪ੍ਰਾਪਤ ਕਰ ਲਈ ਜਾਵੇ। ਡੰਡਿੰਗ ਜਿੱਥੋਂ ਤੱਕ ਸੰਭਵ ਹੋ ਸਕੇ ਬਦਲੀਆਂ ਦੇ ਆਦੇਸ਼ ਇੱਕੋ ਵਾਰੀ ਹੀ ਜਾਰੀ ਕੀਤੇ ਜਾਣੇ ਚਾਹੀਦੇ ਹਨ। ਡੰਡਿੰਗ ਅਪਾਹਜ ਅਤੇ ਨੇਤਰਹੀਣ ਕਰਮਚਾਰੀਆਂ ਦੀਆਂ ਤੈਨਾਤੀਆਂ ਅਤੇ ਬਦਲੀਆਂ ਕਰਦੇ ਸਮੇਂ ਉਹਨਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਿਆ ਜਾਵੇ। ਡੰਡਿੰਗ ਇਸੇ ਤਰ੍ਹਾਂ ਉਹਨਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਜਿਨ੍ਹਾਂ ਦੀ ਨੇਕ ਨੀਤੀ ਤੇ ਸ਼ੱਕ ਹੋਵੇ ਅਤੇ ਜਿਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈਆਂ ਅਣ ਨਿਪਟਾਈਆਂ ਹੋਣ ਜਾਂ ਆਪਣੇ ਦੁਰਵਿਹਾਰ ਕਾਰਨ ਉਹ ਦੋਸ਼ੀ ਹੋਣ ਨੂੰ ਜਨਤਕ ਥਾਵਾਂ ਤੇ ਨਾ ਲਗਾਇਆ ਜਾਵੇ। ਡੰਡੀ